ਆਰਪੀਐਮ ਲੋ ਚੈੱਕ ਕਰੋ ਤੁਸੀਂ ਹਮ ਬੀਐਸ 6 ਚ ਕਿੱਥੇ ਐ ਸੁਣਨ ਨੂੰ ਮਿਲਦਾ ਯਾਰ 2 ਮਹੀਨੇ ਆਪਾਂ ਵਲੌਗ ਇਸ ਲਈ ਨਹੀਂ ਬਣਾਇਆ ਕਿ ਸੋ ਗਾਇਸ ਕੀ ਹਾਲ ਚਾਲ ਆਏ ਹੋ ਤੁਸੀਂ ਸਾਰੇ ਠੀਕ ਹੋ ਗਏ ਸੋ ਆਈ ਸੋਰੀ ਮੈਨੂੰ ਪਤਾ ਬਹੁਤ ਟਾਈਮ ਤੋਂ ਇੱਕ ਵਲੋਗ ਨਹੀਂ ਕੱਢਿਆ ਅਤੇ ਤੁਹਾਨੂੰ ਦੱਸਦਾ ਅੱਜ ਦਾ ਵਲੋਗ ਪੂਰਾ ਪੰਜਾਬੀ 'ਚ ਕਰਾਂਗੇ ਪੂਰਾ ਪੰਜਾਬੀ 'ਚ ਬੋਲਣਾ ਅੱਜ ਨਹੀਂ ਹਿੰਦੀ ਹੁੰਦੀ ਦੇਖਣੀ ਪੂਰਾ ਪੰਜਾਬੀ 'ਚ ਵਲੋਗ ਬਣਾਉਣਾ ਅਤੇ ਯਾਰ ਬਹੁਤ ਬਹੁਤ ਸੋਰੀ ਬਹੁਤ ਟਾਈਮ ਤੋਂ ਮੈਂ ਵਲੋਗ ਨਹੀਂ ਪਾਇਆ 2 ਮਹੀਨੇ ਹੋਣ ਲੱਗੇ ਮੇਰੇ ਹਿਸਾਬ ਨਾਲ ਮੈਂ ਕੋਈ ਵਲੋਗ ਨਹੀਂ ਪਾਇਆ ਅਤੇ ਯਾਰ ਤੁਹਾਨੂੰ ਦੱਸਾਂਗੇ ਕੀ ਹੋ ਰਿਹਾ ਸੀ ਫੋਨ ਵੀ ਟੁੱਟ ਗਿਆ ਸੀ ਬਹੁਤ ਕੁਛ ਹੋਇਆ ਸਾਰੀ ਗੱਲਾਂ ਤੁਹਾਨੂੰ ਦੱਸਾਂਗੇ ਅਤੇ ਹਜੇ ਮੈਂ ਚੱਲਾਂ ਨਹਾਉਣ ਅਤੇ ਨਹਾ ਕੇ ਆ ਗਏ ਆਪਾਂ ਬਾਹਰ ਜਾਣਾ ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਅੱਜ ਦਾ ਵਲੋਗ ਤੋ ਮਿਲਦੇ ਹਾਂ ਚਲੋ ਲਓ ਵੀ ਮੈਂ ਤੁਹਾਨੂੰ ਨਹਾ ਕੇ ਆ ਗਏ ਆਪਾਂ ਠੀਕ ਆ ਹੁਣੇ ਵਾਲ ਵੂਲ ਸੈੱਟ ਕਰਨੇ ਆ ਕੋਈ ਚੱਕਰ ਨਹੀਂ ਕਰਦੇ ਹਾਂ ਹੁਣੇ ਅਤੇ ਮੈਂ ਤੁਹਾਨੂੰ ਦੱਸਾਂ ਅੱਜ ਤੁਹਾਡੇ ਨਾਲ ਕਰਨੀਆਂ ਬਹੁਤ ਗੱਲਾਂ ਬਾਤਾਂ ਠੀਕ ਆ ਕਾਫੀ ਸਾਰੀ ਗੱਲਾਂ ਬਾਤਾਂ ਕਰਾਂਗੇ ਆਪਾਂ ਅਤੇ ਪਹਿਲਾਂ ਆਪਾਂ ਜਾਣਾ ਆਪਣੇ ਦੋਸਤ ਕੋਲ ਠੀਕ ਆ ਬੁਲਟ ਵੀ ਲੈ ਕੇ ਜਾਣਾ ਮਾੜਾ ਕੰਮ ਕਰਾਉਣਾ ਬੁਲਟ 'ਤੇ ਜਿਹੜਾ ਤੁਹਾਨੂੰ ਯਾਦ ਆ ਪਿਛਲੀ ਵਾਰੀ ਹੌਰਨ ਪਾਇਆ ਸੀ ਆਪਾਂ ਪਿਛਲੀ ਵੀਡੀਓ 'ਚ ਤੁਹਾਨੂੰ ਗਾਇਸ ਉਹਦੇ ਬਾਰੇ ਦੱਸਾਂਗੇ ਉਹ ਪਾਉਣੇ ਨਹੀਂ ਚਾਹੀਦੇ ਮੈਂ ਤੁਹਾਨੂੰ ਦੱਸਦਾ ਵੀਡੀਓ ਦੇ ਐਂਡ 'ਚ ਕੋਈ ਨਹੀਂ ਦੱਸਦਾ ਮੈਂ ਐਂਡ 'ਚ ਨਹੀਂ ਵਿਚਕਾਰ ਹੀ ਦੱਸਦਾਂਗਾ ਅਤੇ ਸਟੇ ਟਿਊਨ ਗਾਇਸ ਹੁਣ ਮੈਂ ਤਾਂ ਬਾਲ ਬੋਲ ਸੈੱਟ ਫੁੱਟ ਕਰਾਂ ਅਤੇ ਆਪਾਂ ਚੱਲਦੇ ਹਾਂ ਚਲੋ ਅਤੇ ਜਿੱਦਾਂ ਹੁਣ ਆਪਾਂ ਚੱਲੇ ਹਾਂ ਠੀਕ ਆ ਹਾਂਜੀ ਕੀ ਹਾਲ ਚਾਲ ਏ ਬੱਚਾ ਆਇਆ ਸੀ ਸ਼ਰਮਾ ਗਿਆ ਬੱਚਾ ਆਇਆ ਸੀ ਬੜਾ ਬਾਹਰ ਅਤੇ ਆਹ ਹਰਸ਼ਿਤ ਭਰਾ ਆਇਆ ਆਪਣੇ ਘਰ ਅਤੇ ਭਰਾ ਨੂੰ ਸਪੋਰਟ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਹਾਂਜੀ ਗੱਲਬਾਤ ਅਤੇ ਹੁਣ ਆਪਾਂ ਚੱਲੇ ਹਾਂ ਬੁਲਟ 'ਚ ਮਾੜਾ ਤੁਹਾਨੂੰ ਦਿਖਾਉਂਦਾ ਚਲਾ ਪਿਆ ਕੈਮਰਾ ਕਰ ਆਹ ਖੜਾ ਆਪਣਾ ਬੁਲਟ ਐਨੂੰ ਭਾਜੀ ਪੂਰਾ ਢੱਕ ਕੇ ਰੱਖੀਦਾ ਕੇਅਰ ਰੱਖੀਦੀ ਹੁਣ ਗੰਦਾ ਤਾਂ ਹੋਇਆ ਪਿਆ ਮਾੜਾ ਜਿਹਾ ਪਹਿਲਾਂ ਸਾਫ ਕਰ ਲਈ ਆਪਾਂ ਫਿਰ ਚੱਲਦੇ ਹਾਂ ਲਓ ਵੀ ਮਿੱਤਰੋ ਆਪਾਂ ਬੁਲਟ ਚੁੱਕਾ ਲਿਆ ਆਪਣਾ ਠੀਕ ਆ ਜੀ ਅਤੇ ਹੁਣ ਗੱਲਾਂ ਬਾਤਾਂ ਕਰਦੇ ਹਾਂ ਅੱਜ ਅਤੇ ਮੈਂ ਤੁਹਾਨੂੰ ਗੱਲ ਦੱਸਣੀ ਸੀ ਜੇ ਤੁਸੀਂ ਬੁਲਟ ਜਾਂ ਤੁਹਾਡੇ ਕੋਲ ਕੋਈ ਵੀ ਐਕਟਿਵਾ ਵਗੈਰਾ ਹੈਗੀ ਆ ਠੀਕ ਆ ਪਹਿਲੀ ਗੱਲ ਤੁਹਾਨੂੰ ਮੈਂ ਦੱਸਾਂ ਕਿ ਜਿੱਦਾਂ ਦੇਖੋ ਆ ਨਾਗਰ ਭੋਰਨਾ ਜਾਂ ਤੁਹਾਨੂੰ ਮੈਂ ਦੱਸਾਂ ਬੁਲਟ ਜਿੱਦਾਂ ਹੁਣੇ ਮੇਰਾ ਖੜਾ ਇੱਧਰ ਅਤੇ ਦਿਨ ਦਾ ਜੇ ਤੁਹਾਡਾ ਪਹਿਲਾ ਸਟਾਰਟ ਆ ਠੀਕ ਆ ਉਹਨੂੰ ਕੋਲਡ ਸਟਾਰਟ ਕਹਿੰਦੇ ਆਪਾਂ ਠੀਕ ਆ ਅਤੇ ਦਿਨ ਦਾ ਜੇ ਪਹਿਲਾ ਸਟਾਰਟ ਆ ਤੁਸੀਂ 1 ਮਿੰਟ ਤੱਕ ਆਈਡਲ ਰੱਖਣਾ ਜੋ ਵੀ ਮੈਂ ਤੁਹਾਨੂੰ ਰੀਜ਼ਨ ਦੱਸਦਾ ਤੁਹਾਡਾ ਬੁਲਟ ਰਾਤੀ ਪੂਰਾ ਵੱਡੇ ਸਟੈਂਡ 'ਤੇ ਖੜਾ ਹੁੰਦਾ ਜਾਂ ਸਾਈਡ ਸਟੈਂਡ ਜੋ ਵੀ ਤੁਸੀਂ ਕਹਿਣਾ ਠੀਕ ਆ ਤੁਹਾਡੀ ਮਰਜ਼ੀ ਆ ਤੁਸੀਂ ਵੱਡੇ 'ਤੇ ਲਾਉਣਾ ਵੱਡੇ 'ਤੇ ਰੱਖੋ ਸਾਈਡ 'ਤੇ ਲਾਉਣਾ ਸਾਈਡ 'ਤੇ ਰੱਖੋ ਮੇਰੀ ਮੰਨੋ ਤਾਂ ਵੱਡੇ 'ਤੇ ਰੱਖਿਆ ਕਰੋ ਅਤੇ ਜਿਹੜਾ ਉੱਤਲਾ ਇੰਜਨ ਦੇ ਉੱਤੇ ਜਿਹੜਾ ਆਇਲ ਹੁੰਦਾ ਉਹ ਇੰਜਨ ਦੇ ਥੱਲੇ ਆ ਜਾਂਦਾ ਰਾਤੀ ਠੀਕ ਆ ਅਤੇ ਫਿਰ ਜਦੋਂ ਤੁਸੀਂ ਇੱਕਦਮ ਸਟਾਰਟ ਕਰੋਗੇ ਸਿੱਧੇ ਤੁਸੀਂ ਲੈ ਕੇ ਚਲ ਜਾਂਦੇ ਉਹ ਆਇਲ ਉੱਤੇ ਨਹੀਂ ਆਉਂਦਾ ਉਹਦੇ ਕਰਕੇ ਪਤਾ ਕੀ ਹੁੰਦਾ ਆਹ ਜਿਹੜਾ ਇੱਥੇ ਹੈੱਡ ਹੁੰਦੇ ਨਾ ਇਹ ਇੱਥੇ ਹੈੱਡ ਦੇ ਉੱਥੇ ਹੁੰਦੇ ਟੈਪਟਸ ਟੈਪਟਸ ਹੋ ਜਾਂਦੇ ਖਰਾਬ ਠੀਕ ਆ ਹੁਣ ਲੋ ਆਰ ਪੀ ਐਮ 'ਤੇ ਹੋ ਗਿਆ ਅਤੇ ਟੈਪਟ ਹੋ ਜਾਂਦੇ ਖਰਾਬ ਤੁਹਾਡਾ ਵੱਡਾ ਖਰਚਾ ਆ ਜਾਂਦਾ ਯਾਰ ਤੁਹਾਡਾ ਅੱਧਾ ਇੰਜਨ ਖੁੱਲ੍ਹਣਾ ਤਾਂ ਵੱਡਾ ਖਰਚਾ ਆ ਜਾਣਾ ਇਹ ਤੋਂ ਵਧੀਆ ਤੁਸੀਂ 1 ਮਿੰਟ ਖੜ੍ਹਾ ਰੱਖੋ ਆਈਡਲ ਤੁਸੀਂ ਐਕਟਿਵਾ ਵੀ ਜੇ ਤੁਹਾਡੇ ਕੋਲ ਹੈਗੀ ਆ ਤੁਸੀਂ ਦੇਖੋ ਜਿੱਦਾਂ ਹੁਣ ਠੰਡ ਦਾ ਟਾਈਮ ਆ ਐਕਟਿਵਾ ਰੱਖੋ ਆਪਣੀ 1 ਮਿੰਟ ਆਈਡਲ ਰੱਖ ਦਿਓ ਜੇ ਤੁਸੀਂ ਅੱਧੀ ਲੈ ਕੇ ਜਾਂਦੇ ਕਈ ਵਾਰ ਖਿੱਚਦੀ ਹੈ ਐਕਟਿਵਾ ਮਤਲਬ ਚਲਦੀ ਨਹੀਂ ਆ ਬੰਦ ਹੋ ਜਾਂਦੀ ਆ ਉਹ ਇਹੀ ਰੀਜ਼ਨ ਹੁੰਦਾ ਤੁਸੀਂ 1 ਮਿੰਟ ਉਹਨੂੰ ਗਰਮ ਹੋਣ ਦਿਆ ਕਰੋ ਇੰਜਨ ਗਰਮ ਹੋਵੇ ਫਿਰ ਚਲਾਇਆ ਕਰੋ ਅਤੇ ਹੁਣੇ ਚੱਲਦੇ ਹਾਂ ਆਪਾਂ ਇੱਕ ਜਗ੍ਹਾ ਦਿਖਾਉਂਦੇ ਤੁਹਾਨੂੰ ਆਰ ਪੀ ਐਮ ਲੋ ਚੈੱਕ ਕਰੋ ਤੁਸੀਂ ਹਮ ਇਹੀ ਫਾਇਦਾ ਹੁੰਦਾ ਬੀ ਐਸ 4 ਦਾ ਜਾਂ ਬੀ ਐਸ 3 ਦਾ ਬੀ ਐਸ 6 ਕਿੱਥੇ ਐ ਸੁਣਨ ਨੂੰ ਮਿਲਦਾ ਹਾਂਜੀ ਅਤੇ ਮਿੱਤਰੋ ਆਪਾਂ ਆ ਗਏ ਆਪਣੀ ਲੋਕੇਸ਼ਨ 'ਤੇ ਠੀਕ ਆ ਅਤੇ ਮੈਂ ਤੁਹਾਨੂੰ ਦੱਸਦਾ ਕਿਉਂ ਆਪਾਂ ਇੰਨੇ ਦਿਨ ਵਲੋਗ ਨਹੀਂ ਬਣਾਇਆ ਕਿਉਂ 2 ਮਹੀਨੇ ਆਪਾਂ ਵਲੋਗ ਨਹੀਂ ਬਣਾਇਆ ਯਾਰ 2 ਮਹੀਨੇ ਆਪਾਂ ਵਲੋਗ ਇਸ ਲਈ ਨਹੀਂ ਬਣਾਇਆ ਕਿਉਂਕਿ ਯਾਰ ਪੇਪਰ ਆ ਗਏ ਸੀ ਮੇਨ ਗੱਲ ਪੇਪਰ ਨਹੀਂ ਸੀਗਾ ਮੇਨ ਗੱਲ ਸੀਗਾ ਮੇਰਾ ਫੋਨ ਟੁੱਟ ਗਿਆ ਸੀ ਸੋ ਸਿੱਧੀ ਗੱਲ ਆ ਫੋਨ ਟੁੱਟ ਗਿਆ ਸੀ ਅਤੇ ਮਹੀਨਾ ਸਹੀ ਨਹੀਂ ਕਰਾਇਆ ਸੀ ਮੈਂ ਦੂਜੇ ਫੋਨ ਨਾਲ ਕੰਮ ਕਰਦਾ ਸੀ ਜੋ ਵੀ ਆ ਉਹ 'ਚ ਵਲੋਗ ਕੁਆਲਿਟੀ ਇੰਨੀ ਘੈਂਟ ਨਹੀਂ ਆਉਣੀ ਸੀ ਅਤੇ ਮੈਂ ਵਲੋਗ ਬਣਾਇਆ ਹੀ ਨਹੀਂ ਅਤੇ ਮੈਨੂੰ ਯਾਰ ਸਹੀ ਗੱਲ ਦੱਸਾਂ ਮੈਨੂੰ ਆਪਣੀ ਆਈ ਡੀ ਦਾ ਪਾਸਵਰਡ ਵਗੈਰਾ ਕੁਛ ਨਹੀਂ ਯਾਦ ਸੀਗਾ ਅਤੇ ਮੈਂ ਵਲੋਗ ਪਾਉਂਦਾ ਕਿਤੇ ਇਹ ਸ਼ੂਟ ਕਰਦਾ ਪਾਉਂਦਾ ਕਿਤੇ ਮੈਂ ਅਤੇ ਇਸ ਕਰਕੇ ਵਲੋਗਸ ਨਹੀਂ ਆਏ ਅਤੇ ਬਹੁਤ ਬਹੁਤ ਸੋਰੀ ਮੰਗਦਾ ਤੁਹਾਡੇ ਸਾਰਿਆਂ ਤੋਂ ਬੜੇ ਜਨਤਾ ਦਾ ਮੈਨੂੰ ਕਮੈਂਟ ਆਏ ਇੰਸਟਾ 'ਤੇ ਫੋਟੋ ਮੈਂ ਫੋਟੋਆਂ ਕਹਿ ਰਿਹਾ ਇੰਸਟਾ 'ਤੇ ਮੈਸੇਜ ਵੀ ਬੜੇ ਆਏ ਜਿਹੜੇ ਯਾਰ ਮਿਲਦੇ ਸੀਗੇ ਉਹ ਵੀ ਮੈਨੂੰ ਕਹਿੰਦੇ ਸੀ ਵਲੋਗ ਪਾ ਵਲੋਗ ਪਾ ਅਤੇ ਯਾਰ ਹੁਣ ਆ ਰਿਹਾ ਵਲੋਗ ਹੁਣ ਸ਼ੂਟ ਹੋ ਰਹੇ ਆ ਫੋਨ ਸਹੀ ਹੋ ਗਿਆ ਹੁਣ ਸ਼ੂਟ ਕਰਦੇ ਪਏ ਹਾਂ ਅਤੇ ਜੇ ਤੁਸੀਂ ਭਰਾ ਨੂੰ ਇੰਸਟਾ 'ਤੇ ਫੋਲੋ ਨਹੀਂ ਕੀਤਾ ਕੀ ਕਰ ਰਹੇ ਹੋ ਯਾਰ ਫੋਲੋ ਕਰੋ ਆਈ ਡੀ ਤੁਹਾਨੂੰ ਸਕਰੀਨ 'ਚ ਦੇਖ ਰਹੀ ਆ ਅਤੇ ਡਿਸਕ੍ਰਿਪਸ਼ਨ 'ਚ ਵੀ ਹੈਗਾ ਜਾਓ ਜਾ ਕੇ ਫੋਲੋ ਕਰੋ ਅਤੇ ਹਰਸ਼ਿਤ ਭਰਾ ਨੂੰ ਵੀ ਫੋਲੋ ਕਰ ਲਿਓ ਠੀਕ ਡਿਸਕ੍ਰਿਪਸ਼ਨ 'ਤੇ ਸਭ ਕੁਝ ਹੈਗਾ ਜਾਓ ਫੋਲੋ ਕਰੋ ਅਤੇ ਹੁਣ ਤੁਹਾਨੂੰ ਥੋੜ੍ਹਾ ਗਿਆਨ ਦਈਏ ਇਹ ਹੋਰਨ ਬਾਰੇ ਕਿ ਕਿੱਥੇ ਗਿਆ ਇਹ ਵਾਲੇ ਹੋਰਨ ਵਾਲੇ ਅਤੇ ਪਿਛਲੇ ਕੈਮਰਾ 'ਤੇ ਸ਼ੂਟ ਕਰਦੇ ਹਾਂ ਵੀ ਚਲੋ ਯਾਰ ਦੇਖੋ ਇਹ ਹੈਗੇ ਰੂਟਸ ਦੇ ਮੈਗਾਸੋਨਿਕ ਸਭ ਤੋਂ ਵੱਡੇ ਹਾਰਨ ਜਿਹੜੇ ਹੁੰਦੇ ਇਹੀ ਜਾਂਦੇ ਆ ਠੀਕ ਆ ਤੁਸੀਂ ਮੈਂ ਤੁਹਾਨੂੰ ਬਿਲਕੁਲ ਸੁਜੈਸਟ ਨਹੀਂ ਕਰਦਾ ਜਮ੍ਹਾਂ ਸੁਜੈਸਟ ਨਹੀਂ ਕਰਦਾ ਇਹ ਪਾਓ ਕਿਉਂਕਿ ਗੱਲ ਇਹ ਹੁੰਦੀ ਆ ਇਹਦਾ ਬਾਈ ਚਲਾਨ ਹੋ ਜਾਣਾ ਬਹੁਤ ਗੰਦਾ ਚਲਾਨ ਹੋਣਾ
ਤੁਹਾਡਾ ਬੁਲਟ ਬੌਂਡ ਵੀ ਕਰ ਸਕਦੇ ਕਰਨ ਤੇ ਯਾਰ ਬੁਲਟ ਸੋਹਣਾ ਲੱਗਦਾ ਇਹਦੇ ਨਾਲ ਤੇ ਵਧੀਆ ਲੱਗਦਾ ਯਾਰ ਹੁਣ ਇੱਕ ਅੱਧੇ ਮਹੀਨੇ ਦੀ ਗੱਲ ਆ ਮਹੀਨਾ ਵੀ ਕਿਤੇ ਦੋ 15 ਕੁ ਦਿਨ ਦੀ ਗੱਲ ਆ ਆਪਾਂ ਅਲੋਈ ਵੀ ਪਾ ਲੈਣੇ ਆ ਠੀਕ ਆ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਕਿਉਂਕਿ ਉਹਦਾ ਵੀ ਵਲੌਗ ਆਊਗਾ ਤੁਹਾਨੂੰ ਪਤਾ ਲੱਗੂਗਾ ਕਿਹੜੇ ਅਲੋਏ ਪਵਾਊਂਗਾ ਮੈਂ ਬੁਲਟ 'ਤੇ ਆਪਣੇ ਅਤੇ ਯਾਰ ਜਿਹੜੀ ਗੱਲ ਆ ਗਈ ਸਿੱਧੀ ਹੋਰਨ ਨਾ ਪਵਾਇਓ ਬਿਲਕੁਲ ਸੁਜੈਸਟ ਨਹੀਂ ਹੈਗਾ ਮੇਰੇ ਤੋਂ ਇਨਫਲੂਐਂਸ ਹੋ ਗਿਆ ਤੁਸੀਂ ਹੋਰਨ ਨਹੀਂ ਪਵਾਉਣਾ ਬੱਚਾ ਆਇਆ ਅਤੇ ਆਪਾਂ ਇਹ ਮੈਗਾਸੋਨਿਕ ਨਹੀਂ ਪਵਾਉਣੇ ਕਿਉਂਕਿ ਇਹਦਾ ਬਹੁਤ ਗੰਦਾ ਚਲਾਨ ਆਉਂਦਾ ਬੌਂਡ ਵੀ ਹੋ ਸਕਦਾ ਠੀਕ ਆ ਤੁਹਾਡੇ 'ਤੇ ਆ ਜ਼ਿੰਮੇਵਾਰੀ ਇਹ ਤੁਸੀਂ ਪਵਾਉਣੇ ਪਵਾਓ ਯਾਰ ਮੈਂ ਕੁਛ ਨਹੀਂ ਕਹਿ ਸਕਦਾ ਬਾਕੀ ਮੇਰੇ ਵੱਲੋਂ ਬਿਲਕੁਲ ਰਿਕਮੈਂਡਡ ਨਹੀਂ ਹੈਗਾ ਤੁਹਾਡੀ ਮਰਜ਼ੀ ਹੋ ਤੁਸੀਂ ਪਾਉਣੇ ਕਿ ਨਹੀਂ ਅਤੇ ਹਾਂਜੀ ਮਿੱਤਰੋ ਅਤੇ ਹੁਣ ਆਪਾਂ ਇੱਧਰੋਂ ਚੱਲਦੇ ਹਾਂ ਤੁਹਾਨੂੰ ਲੋਕੇਸ਼ਨ ਦਿਖਾਉਂਦੇ ਹਾਂ ਇਹ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਦਾ ਯਾਰ ਇਹ ਲੋਕੇਸ਼ਨ ਆ ਸਿੱਧੀ ਵਧੀਆ ਜੀ ਜਗ੍ਹਾ ਕੈਂਬਰਿਜ ਸਕੂਲ ਹੈਗਾ ਉਹ ਦੇਖੋ ਉੱਧਰ ਇਹ ਛੋਟੀ 12 ਦੇ ਉਹ ਧਿਆਨ ਨਾਲ ਬੱਚਾ ਨਾ ਡਿਗਾ ਇਹ ਬੱਚਾ ਡਿਗਾਉਂਦਾ ਇਹ ਦੇਖ ਲਓ ਯਾਰ ਤੁਹਾਨੂੰ ਮੈਂ ਦੱਸਣਾ ਸੀਗਾ ਜਿੱਦਾਂ ਦੇਖੋ ਬੁਲਟ 'ਤੇ ਮੈਂ ਬੈਂਡ ਵੀ ਚੇਂਜ ਕਰਾਇਆ ਦਾ ਸਪਲੈਂਸਰ ਵੀ ਚੇਂਜ ਕਰਾਇਆ ਦਾ ਹੁਣ ਤੁਸੀਂ ਸੋਚੋ ਪਟਾਕੇ ਮਾਰਦਾ ਨਾ ਭਰਾ ਪਟਾਕੇ ਮੈਂ ਬਿਲਕੁਲ ਨਹੀਂ ਮਾਰਦਾ ਬਿਲਕੁਲ ਰਿਕਮੈਂਡਡ ਨਹੀਂ ਹੈਗਾ ਪਟਾਕੇ ਮਾਰਨਾ ਠੀਕ ਆ ਕਿਉਂਕਿ ਸਿੱਧੀ ਗੱਲ ਪਸੰਦ ਨਹੀਂ ਹੈਗਾ ਲੋਕ ਬਹੁਤ ਤੰਗ ਹੋ ਜੂਗੇ ਪਟਾਕੇ ਤੋਂ ਕਿਉਂਕਿ ਦੇਖੋ ਯਾਰ ਇਹਦਾ ਬੈਂਡ ਵੀ ਚੇਂਜ ਆ ਸਪਲੈਂਸਰ ਵੀ ਚੇਂਜ ਆ ਪਟਾਕਾ ਬਹੁਤ ਚੀ ਵੱਜਣਾ ਬੈਂਡ ਦਿਖਾ ਦਿਉ ਮੈਂ ਸਿਲੇਮਨ ਦਾ ਬੈਂਡ ਪਵਾਇਆ ਸੀ ਅਤੇ ਇਹ ਗੰਦਾ ਹੋਇਆ ਪਿਆ ਅਜੇ ਬਾਕੀ ਇੱਕ ਵਾਰੀ ਪਾਣੀ ਨਾਲ ਧੋਗੇ ਤਾਂ ਸਾਫ਼ ਵੀ ਹੋ ਜਾਂਦਾ ਠੀਕ ਆ ਅਤੇ ਮੈਂ ਤੁਹਾਨੂੰ ਇਹੀ ਦੱਸੂਗਾ ਸਿਲੇਮਨ ਦਾ ਬੈਂਡ ਪਵਾਓ ਜਦੋਂ ਵੀ ਪਵਾਓਗੇ ਵੈਸੇ ਰੈਕਮੈਂਡਡ ਤਾਂ ਬਿਲਕੁਲ ਨਹੀਂ ਹੈਗਾ ਮੇਰੇ ਵੱਲੋਂ ਬਾਕੀ ਤੁਸੀਂ ਜੇ ਆਵਾਜ਼ ਤੁਹਾਨੂੰ ਚਾਹੀਦੀ ਹੈ ਤੁਸੀਂ ਚਾਹੁੰਦੇ ਹੋ ਆਵਾਜ਼ ਵਧੀਆ ਹੋਵੇ ਅਤੇ ਤੁਹਾਨੂੰ ਬੈਂਡ ਚਾਹੀਦਾ ਅਤੇ ਯਾਰ ਦੇਖੋ ਸਿਲੇਮਨ ਦਾ ਪਵਾਉਣਾ ਹੈਗਾ ਅਤੇ ਬਾਕੀ ਕੋਈ ਬੈਂਡ ਨਾ ਪਵਾਇਓ ਭਾਵੇਂ ਸਿਲੇਮਨ ਥੋੜ੍ਹਾ ਮਹਿੰਗਾ ਹੋਊਗਾ ਬਟ ਤੁਸੀਂ ਸਾਫ਼ ਕਰੋਗੇ ਸਾਫ਼ ਹੋ ਜੂਗਾ ਬਾਕੀ 'ਚ ਕੀ ਹੋਊਗਾ ਇੱਥੇ ਤੱਕ ਪੂਰਾ ਕਾਲਾ ਹੋ ਜਾਂਦਾ ਕਈ ਤਾਂ ਜਾਂ ਪੂਰਾ ਜੰਗ ਲੱਗ ਜਾਂਦਾ ਜਾਂ ਪੀਲਾ ਹੋ ਜਾਂਦਾ ਉਹ ਬਿਲਕੁਲ ਵਧੀਆ ਨਹੀਂ ਲੱਗਦਾ ਠੀਕ ਆ ਅਤੇ ਹੋਰ ਕੀ ਦੱਸਣਾ ਸੀ ਬਾਈ ਪਟਾਕੇ ਮੈਂ ਮਾਰਦਾ ਨਹੀਂ ਯਾਰ ਬਾਕੀ ਪਟਾਕੇ ਸੀਰੀਅਸਲੀ ਨਹੀਂ ਮਾਰਦਾ ਬਿਲਕੁਲ ਨਹੀਂ ਮਾਰਦਾ ਮੈਂ ਅਤੇ ਇਹ ਮੈਂ ਤੁਹਾਨੂੰ ਦੱਸਦਾ ਇਹ ਲੱਗੇ ਤੁਸੀਂ ਫੜੇ ਗਏ ਨਾ ਬੈਂਡ ਹੋਰਨ ਦਾ ਤਾਂ ਚਲੋ ਫਿਰ ਵੀ ਬਚ ਜੂਗੇ ਬੈਂਡ ਲੱਗੇ ਫੜੇ ਗਏ ਸਿੱਧਾ ਬਾਈਕ ਬੌਂਡ ਆ ਤੁਹਾਡੀ ਬਾਕੀ ਨਾ ਪਵਾਓ ਯਾਰ ਸਟੋਕ ਰੱਖੋ ਚਲਾਉਣ ਤੋਂ ਬਚਣਾ ਸਟੋਕ ਰੱਖੋ ਯਾਰ ਮੇਰਾ ਤਾਂ ਮਾੜਾ ਜਿਹਾ ਹੋਰਨ ਟੇਡਾ ਜਿਹਾ ਹੈਗਾ ਉਹ ਤੁਹਾਨੂੰ ਮੈਂ ਰੀਜ਼ਨ ਦੱਸਦਾ ਇੱਕ ਮਿੰਟ ਫੜੀ ਫੋਨ ਮੇਰਾ ਮੈਂ ਨਾ ਬਹਿ ਗਿਆ ਮੈਂ ਬੁਲਟ 'ਤੇ ਬੈਠਾ ਅਤੇ ਮੈਂ ਮਾੜੀ ਜਿਹੀ ਨਾ ਵੀਡੀਓ ਦੇਖ ਰਹੀ ਕਿੱਦਾਂ ਦੀ ਬਣੀ ਆ ਜਿਹੜੀ ਪਹਿਲਾਂ ਬਣਾਈ ਸੀ ਅਤੇ ਮੈਂ ਦੇਖਿਆ ਕਿ ਹੋਰਨ ਟੇਡਾ ਐਂ ਜਿਹਾ ਹੋਇਆ ਪਿਆ ਉਹਦਾ ਰੀਜ਼ਨ ਇਹ ਆ ਕਿ ਇੱਥੇ ਜਿਹੜੀ ਪੱਤੀਆਂ ਲੱਗੀ ਨਾ ਉਹ ਥੋੜ੍ਹੀ ਵੱਡੀ ਆ ਅਤੇ ਆਪਾਂ ਹੁਣ ਕਰਾਵਾਂਗੇ ਉਹਦਾ ਕੰਮ ਵੀ ਕਰਾਵਾਂਗੇ ਠੀਕ ਆ ਮੈਂ ਤੁਹਾਨੂੰ ਪੂਰਾ ਬੁਲਟ 'ਚ ਰੈਡੀ ਕਰਾਉਣਾ ਲੋਏ ਪਵਾਉਣੇ ਆ ਕੰਮ ਕਰਾਉਣਾ ਬਹੁਤ ਟਾਈਮ ਤੋਂ ਕੰਮ ਵੀ ਨਹੀਂ ਕਰਾਇਆ ਮੈਂ ਅਤੇ ਤੁਹਾਨੂੰ ਮੈਂ ਦਿਖਾਵਾਂਗਾ ਸਬਸਕ੍ਰਾਈਬ ਕਰ ਲਓ ਬੜੀ ਘੈਂਟ ਘੈਂਟ ਵੀਡੀਓਜ਼ ਆਉਣ ਲੱਗੀ ਬੁਲਟ 'ਤੇ ਸਬਸਕ੍ਰਾਈਬ ਕਰ ਲਓ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹਾਂਜੀ ਮਿੱਤਰੋ ਅੱਜ 2 ਦਿਨਾਂ ਬਾਅਦ ਮੈਂ ਦੁਬਾਰਾ ਸ਼ੂਟ ਕਰ ਰਿਹਾ ਅਤੇ ਮੈਂ ਨਾ ਕੁਝ ਗੱਲਾਂ ਦੱਸਣਾ ਭੁੱਲ ਗਿਆ ਸੀ ਅਤੇ ਜਿੱਦਾਂ ਮੈਂ ਦੱਸਣਾ ਸੀ ਜਿੱਦਾਂ ਹੋਰਨ ਦਾ ਇਹ ਚੱਕਰ ਹੁੰਦਾ ਜਿੱਦਾਂ ਇਹ ਪਾਉਣੇ ਨਹੀਂ ਚਾਹੀਦੇ ਇਹਦਾ ਰੀਜ਼ਨ ਮੈਂ ਤੁਹਾਨੂੰ ਖੋ ਦੱਸਦਾ ਇਹਨੂੰ ਨਾ ਟਾਈਮ ਟਾਈਮ 'ਤੇ ਤੁਹਾਨੂੰ ਟਿਊਨ ਕਰਾਉਣਾ ਪੈਂਦਾ ਵਰਨਾ ਇਹਦੀ ਆਵਾਜ਼ ਖਰਾਬ ਹੋ ਜਾਂਦੀ ਮੇਰੀ ਤਾਂ ਚੱਲ ਹੋ ਗਈ ਹੁਣ ਮੈਨੂੰ ਦੁਬਾਰਾ ਟਿਊਨ ਕਰਵਾਉਣਾ ਪੈਣਾ ਇਹਨੂੰ ਅਤੇ ਵਾਰ ਵਾਰ ਸਾਨੂੰ ਟਿਊਨ ਕਰਵਾਉਣਾ ਪੈਂਦਾ ਅਤੇ ਥੋੜ੍ਹੀ ਬਕਵਾਸ ਜੀ ਗੱਲ ਲੱਗਦੀ ਮੈਨੂੰ ਅਤੇ ਸੈਡ ਹੋ ਜਾ ਗੱਡੀ ਆ ਰਹੀ ਅਤੇ ਬਸ ਗਾਈਜ਼ ਅੱਜ ਦਾ ਵਲੋਗ ਇੰਨਾ ਕੀ ਰੱਖਦੇ ਹਾਂ ਬੜਾ ਕੁਛ ਸੋਚਿਆ ਹੋਇਆ ਪਹਿਲਾਂ ਯਾਰ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਬੁਲਟ ਆਪਣਾ ਸਿਰਫ ਆਵਾਜ਼ ਹੀ ਰੱਖਿਆ ਸੀਗਾ ਠੀਕ ਆ ਤਾਂ ਮੈਂ ਬੈਂਡ ਬੌਂਡ ਸਪਲੈਂਸਰ ਚੇਂਜ ਕਰਾਇਆ ਬਟ ਹੁਣ ਨਾ ਮੈਨੂੰ ਲੁੱਕ ਵੀ ਚਾਹੀਦੀ ਆ ਠੀਕ ਆ ਅਤੇ ਹੁਣ ਆਪਾਂ ਲੁੱਕ ਕੱਢਾਂਗੇ ਅਤੇ 10-15 ਦਿਨ ਦੀ ਗੱਲ ਆ ਲੁੱਕ ਆਪਾਂ ਓਕੇ ਜੀ ਕਰਾਓ ਓਕੇ ਜਾਂ ਬੁਲਟ ਕਰਾਵਾਂਗੇ ਆਪਣਾ ਤੁਸੀਂ ਮੈਨੂੰ ਸਬਸਕ੍ਰਾਈਬ ਕਰ ਲਓ ਜੇ ਸਬਸਕ੍ਰਾਈਬ ਨਹੀਂ ਕੀਤਾ ਕਿਉਂਕਿ ਬਹੁਤ ਘੈਂਟ ਘੈਂਟ ਵੀਡੀਓਜ਼ ਆਉਣ ਲੱਗੀ ਬੁਲਟ ਦੇ ਰਿਲੇਟਡ ਅਤੇ ਤੁਹਾਨੂੰ ਮੈਂ ਇਹਦੀ ਆਵਾਜ਼ ਵੀ ਸੁਣਾਊਂਗਾ ਨੈਕਸਟ ਵੀਡੀਓ 'ਤੇ ਤੁਹਾਨੂੰ ਮੈਂ ਸੁਣਾਉਂਦਾ ਸੋ ਬਸ ਗਾਈਜ਼ ਅੱਜ ਲਈ ਨਹੀਂ ਰੱਖਦੇ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਲਾਈਕ ਕਰਿਓ ਯਾਰ ਕਮੈਂਟ ਕਰਕੇ ਦੱਸੋ ਕਿੱਦਾਂ ਦੀ ਲੱਗੀ ਅਤੇ ਨੈਕਸਟ ਵੀਡੀਓ ਛੇਤੀ ਆ ਰਹੀ ਆ ਤੁਹਾਡੇ ਕੋਲ ਠੀਕ ਆ ਅਤੇ ਉਹ ਘੈਂਟ ਘੈਂਟ ਵੀਡੀਓ ਆ ਰਹੀ ਸਬਸਕ੍ਰਾਈਬ ਕਰ ਲਓ ਜੇ ਸਬਸਕ੍ਰਾਈਬ ਨਹੀਂ ਕੀਤਾ ਅਤੇ ਬਸ ਗਾਈਜ਼ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ 'ਚ ਟਿਲ ਦੈਨ ਪੀਸ ਆਊਟ ਅਤੇ ਇੱਕ ਗੱਲ ਹੋਰ ਦੱਸਣੀ ਸੀ ਮੈਨੂੰ ਕਮੈਂਟ 'ਚ ਦੱਸੋ ਮੈਂ ਪੰਜਾਬੀ 'ਚ ਵਲੌਗ ਕਰਾਂ ਜਾਂ ਹਿੰਦੀ 'ਚ ਕਰਾਂ ਪ੍ਰੋਪਰ ਜਾਂ ਜਿੱਦਾਂ ਮੈਂ ਕਰਦਾ ਪੰਜਾਬੀ ਹਿੰਦੀ ਮਿਕਸ ਉੱਦਾਂ ਕਰਾਂ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਿਓ ਅਤੇ ਬਸ ਗਾਈਜ਼ ਮਿਲਦੇ ਆ ਪੀਸ।